ਪੰਜਾਬ ਦੇ ਪਿੰਡਾਂ ਦਾ ਇਤਿਹਾਸ ਪਿੰਡ ਜੌੜਾ ਸਥਿਤੀ ਤਹਿਸੀਲ ਤਰਨ ਤਾਰਨ ਦਾ ਪਿੰਡ ਜੌੜਾ ਤਰਨ ਤਾਰਨ ਪੱਟੀ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਜੰਡੋਕੇ ਤੋਂ 2 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਿਕ ਪਿਛੋਕੜ ਅਤੇ ਮਹੱਤਤਾ। ਜੌੜਾ ਅਤੇ ਜੰਡੋ ਦੋ ਭਰਾ ਸਨ। ਜੌੜਾ ਦੇ ਨਾਂ 'ਤੇ ਜੌੜਾ ਪਿੰਡ ਵਸਿਆ ਅਤੇ ਜੰਡੋ ਦੇ ਨਾਂ 'ਤੇ ਜੰਡੋਕੇ ਪਿੰਡ ਵਸਿਆ। ਦੋਵੇਂ ਪਿੰਡ ਨੇੜੇ ਨੇੜੇ ਹਨ। ਦੱਸਿਆ ਜਾਂਦਾ ਹੈ ਕਿ ਪਾਂਡਵਾਂ ਦਾ ਅਤੇ ਸੀਤਾ ਦਾ ਬਨਵਾਸ ਇਸੇ ਇਲਾਕੇ ਵਿੱਚ ਕੱਟੇ ਜਾਣ ਦਾ ਸੰਬੰਧ ਇਸ ਪਿੰਡ ਨਾਲ ਜੁੜਿਆ ਹੈ। ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਵੀ ਇਸ ਇਲਾਕੇ ਵਿੱਚੋਂ ਲੰਘੇ ਸਨ, ਪਰ ਉਹਨਾਂ ਦੀ ਕੋਈ ਯਾਦਗਾਰ ਪਿੰਡ ਵਿੱਚ ਨਹੀਂ ਹੈ। ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਪਿੰਡਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ।